ਅੱਜ ਸਿਵਲ ਮਹਿਕਮੇ ਅਤੇ ਪੁਲਿਸ ਮਹਿਕਮੇ ਵੱਲੋਂ ਬਹੁਤ ਚੰਗਾ ਉਪਰਾਲਾ ਕੀਤਾ ਗਿਆ, ਜਿੱਥੇ 17 ਸਪੋਰਟਸ ਦੇ ਰਿਗਾਰਡਿੰਗ ਇਹ ਟੂਰਨਾਮੈਂਟ ਰੱਖਿਆ ਗਿਆ, ਜਿਹਦੇ ਨਾਲ ਅਸੀਂ ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਅਤੇ ਪੰਜਾਬ ਜੋ ਨਸ਼ੇ ਦੇ ਦਲਦਲ ਵਿੱਚ ਹੈਗਾ ਉਹਨੂੰ ਉਹ 'ਚੋਂ ਬਾਹਰ ਕੱਢੀਏ। ਅਤੇ ਅੱਜ ਸਾਰੇ ਅਫਸਰਸ ਮੇਰੇ ਨਾਲ ਹੈਗੇ ਅਤੇ ਮੈਡਮ DSO ਹੈਗੇ, ਸਾਰਿਆਂ ਨੇ ਬਹੁਤ ਚੰਗੀ ਅਰੇਂਜਮੈਂਟਸ ਕਰਕੇ ਬੜਾ ਚੰਗਾ ਉਪਰਾਲਾ ਕੀਤਾ, ਅਤੇ ਅਸੀਂ ਹੋਪ ਕਰਦੇ ਹਾਂ ਕਿ ਅਸੀਂ ਪੰਜਾਬ ਨੂੰ ਨਸ਼ੇ ਦੇ ਵਿੱਚੋਂ ਬਾਹਰ ਨਿਕਾਲ ਕੇ ਲੈ ਜਾਂ। ਲੋਕਾਂ ਨੂੰ ਅਸੀਂ ਇਹੀ ਅਪੀਲ ਦੇਣਾ ਚਾਹੇਂਗੇ ਕਿ ਜੋ ਨਸ਼ੇ ਹੈਗੇ ਨਸ਼ਿਆਂ ਤੋਂ ਦੂਰ ਰਹੋ, ਅਤੇ ਜੋ ਖੇਡਾਂ ਹੈਗੀਆਂ ਇਹਦੇ ਵਿੱਚ ਪਾਰਟੀਸਿਪੇਟ ਕਰੋ, ਅਤੇ ਇਹਦੇ ਨਾਲ ਜੋ ਹੈਗਾ ਪੂਰੀ ਫੈਮਿਲੀਜ਼ ਨਸ਼ੇ ਤੋਂ ਦੂਰ ਵੀ ਰਹਿੰਦੀ ਹੈ ਅਤੇ ਬੱਚੇ ਕੁਝ ਅੱਗੇ ਚੱਲ ਕੇ ਬਣਦੇ ਵੀ ਹੈਗੇ। ਤੇ ਵਿਰਾਜਮਾਨ ਸਾਰੇ ਅਫਸਰਸ, ਗੈਸਟ, ਮੈਡਮ ਡਿਸਟ੍ਰਿਕਟ ਸਪੋਰਟਸ ਅਫਸਰ ਅਤੇ ਨੌਜਵਾਨ ਬੱਚੇ, ਅੱਜ ਅਸੀਂ ਖੇਡਾਂ ਵਰਧਨ ਪੰਜਾਬ ਦੀਆਂ ਦੇ ਅਫਸਰ ਦੇ ਉੱਤੇ ਇਕੱਠੇ ਹੋਏ ਹਾਂ। ਅਤੇ ਜਦੋਂ ਮੈਨੂੰ ਇੰਨੇ ਸਾਰੇ ਬੱਚੇ ਇੱਕ ਜਗ੍ਹਾ 'ਤੇ ਨਜ਼ਰ ਆਉਂਦੇ ਹਨ, ਮੇਰਾ ਕਈ ਵਾਰੀ ਦਿਲ ਕਰਦਾ ਹੈ ਕਿ ਤੁਹਾਡੇ ਨਾਲ ਕੀਤੀਆਂ ਜਾਣ ਅਤੇ ਇੱਕ ਕਰੀਅਰ ਕਾਉਂਸਲਿੰਗ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਕੀਤੀ ਜਾਵੇ। ਪੰਜਾਬ ਜੋ ਹੈਗਾ ਇਸ ਸਮੇਂ ਇੱਕ ਨਸ਼ੇ ਦੀ ਪ੍ਰੋਬਲਮ ਨਾਲ ਜੂਝ ਰਿਹਾ, ਜਿਹਦੇ ਵਿੱਚ ਕਈ ਪਰਿਵਾਰ ਤਬਾਹ ਹੋ ਚੁੱਕੇ ਨਸ਼ੇ ਕਰਕੇ। ਅੱਜ ਮੈਂ ਤੁਹਾਡੇ ਵਿੱਚ ਇਸ ਮੁਕਾਮ 'ਤੇ ਖੜ੍ਹਾ ਹੈ ਕਿ ਮੈਂ ਚੀਫ ਗੈਸਟ ਹੈਗਾ ਪ੍ਰੋਗਰਾਮ ਦਾ, ਇਹ ਕਿਵੇਂ ਹੋਇਆ ਅਤੇ ਆਪਾਂ ਕੀ ਕਰ ਸਕਦੇ ਹਾਂ ਇਸ ਜਗ੍ਹਾ 'ਤੇ ਪਹੁੰਚਣ ਲਈ, ਮੈਂ ਇੱਥੇ ਹੂੰ ਕਿਉਂ, ਮੈਂ ਇੱਥੇ ਪੜ੍ਹਾਈ ਕਰਕੇ ਹੈਗਾ ਅਤੇ ਸਪੋਰਟਸ ਕਰਕੇ ਹੈਗਾ। ਸਪੋਰਟਸ ਸਾਡੇ ਵਿੱਚ ਕਈ ਤਰ੍ਹਾਂ ਦੀ ਵੈਲਿਊਜ਼ ਇੰਸਟਿਲ ਕਰਦੀ ਹੈ, ਜਿਵੇਂ ਕਿ ਡਿਸਿਪਲਿਨ, ਲੀਡਰਸ਼ਿਪ, ਟੀਮ ਵਰਕ ਅਤੇ ਪੋਜ਼ਿਟਿਵ ਐਟੀਟਿਊਡ। ਮੇਰੀ IPS ਮੈਂ ਭਰਤੀ ਹੋਈ ਸੀ ਜਦੋਂ ਮੈਂ 22 ਸਾਲ ਦਾ ਸੀਗਾ। ਤੁਸੀਂ ਸਾਰੇ ਇੱਥੇ ਮੈਨੂੰ ਛੋਟੇ ਛੋਟੇ ਬੱਚੇ ਵੀ ਨਜ਼ਰ ਆ ਰਹੇ ਹੈ, 15-16 ਸਾਲ ਦੇ ਨੌਜਵਾਨ ਵੀ ਨਜ਼ਰ ਆ ਰਹੇ, ਅਸੀਂ ਵੀ ਤੁਹਾਡੀ ਤਰ੍ਹਾਂ ਇਵੇਂ ਹੀ ਬਚਪਨ ਦੇ ਵਿੱਚ ਸਪੋਰਟਸ ਐਕਟੀਵਿਟੀਜ਼ ਵਿੱਚ ਪਾਰਟੀਸਪੇਟ ਕਰਦੇ ਹੁੰਦੇ ਸੀ। ਅਤੇ ਅਸੀਂ ਵੀ ਕੋਈ ਨਾ ਕੋਈ ਸਾਡੀ ਲਾਈਫ ਵਿੱਚ ਇੱਕ ਬੰਦਾ ਆਉਂਦਾ ਹੈ ਜੋ ਸਾਨੂੰ ਬੜਾ ਇੰਸਪਾਇਰ ਕਰਦਾ ਕਿ ਅਸੀਂ ਵੀ ਕੁਛ ਕਰੀਏ। ਅਤੇ ਜੇਕਰ ਤੁਸੀਂ ਕੁਛ ਆਪਣੇ ਕਰੀਅਰ ਵਿੱਚ ਚੰਗਾ ਕਰਦੇ ਹੋ ਤਾਂ ਤੁਸੀਂ ਸੋਚੋ ਤੁਸੀਂ ਪੂਰੇ ਪਿੰਡ ਦੀ ਸ਼ਾਨ, ਪੂਰੇ ਸ਼ਹਿਰ ਦੀ ਸ਼ਾਨ ਬਣ ਗਏ। ਮੈਂ ਰਹਿਣ ਵਾਲਾ ਲੁਧਿਆਣੇ ਦਾ ਹੈ ਜੀ, ਜਦੋਂ ਮੇਰਾ ਵੀ ਇਗਜ਼ਾਮ ਕਲੀਅਰ ਹੋਇਆ ਸੀ ਅਤੇ ਮੈਨੂੰ IPS ਮਿਲਿਆ ਸੀ ਅਤੇ ਪੂਰੇ ਸ਼ਹਿਰ ਨੇ ਸੈਲੀਬ੍ਰੇਟ ਕੀਤਾ ਸੀ। ਇਹ ਜੋ ਆਪਣੀ ਉਮਰ ਹੈਗੀ ਇਹ ਬੜੀ ਖੁਸ਼ਲ ਏਜ ਹੁੰਦੀ ਹੈ, ਇਹ ਉਹ ਏਜ ਹੈਗੀ ਜਿੱਥੇ ਸਾਨੂੰ ਯਾਰਾਂ ਦੋਸਤਾਂ ਨਾਲ ਜਾ ਕੇ ਬਾਹਰ ਖੇਡਣ ਦਾ ਵੀ ਮਨ ਕਰਦਾ, ਹੋਰ ਵੀ ਬੜਾ ਕੁਛ ਸਾਡੇ ਬੋਡੀਜ਼ ਵਿੱਚ ਚੇਂਜਿਸ ਆ ਰਹੇ ਹੁੰਦੇ ਨੇ। ਬਟ ਇਹ ਉਹ ਏਜ ਹੈਗੀ ਹੈ ਜਿਸ 'ਤੇ ਅਗਰ ਤੁਸੀਂ ਆਪਣੇ ਕਰੀਅਰ 'ਤੇ ਫੋਕਸ ਕਰਦੇ ਹੋ ਅਤੇ ਤੁਹਾਡੇ ਪੂਰਾ ਪਰਿਵਾਰ, ਤੁਹਾਡੇ ਪੇਰੈਂਟਸ, ਤੁਹਾਡੇ ਦਾਦਾ ਦਾਦੀ, ਤੁਹਾਡਾ ਪਿੰਡ ਸਾਰੇ ਬੜੇ ਸ਼ੌਕ ਨਾਲ ਤੁਹਾਨੂੰ ਦੇਖਦੇ ਹਨ ਅਤੇ ਉਹਨਾਂ ਨੂੰ ਬੜਾ ਗਰਵ ਮਹਿਸੂਸ ਹੁੰਦਾ ਹੈ ਕਿ ਸਾਡਾ ਮੁੰਡਾ ਜਾਂ ਸਾਡੀ ਧੀ ਇਸ ਮੁਕਾਮ 'ਤੇ ਪਹੁੰਚਿਆ। ਇਹ ਜੋ ਉਪਰਾਲੇ ਕੀਤੇ ਜਾ ਰਹੇ ਹੈ ਅੱਜ ਅਤੇ ਬਾਕੀ ਵੀ ਚੱਲਦੇ ਰਹਿੰਦੇ ਹੈ ਨਸ਼ਿਆਂ ਦੇ ਖਿਲਾਫ, ਇਹ ਅਸੀਂ ਇਸ ਕਰਕੇ ਕਰਵਾ ਰਹੇ ਹਾਂ
ਤਾਂ ਕਿ ਜੋ ਨਸ਼ਾ ਜੋ ਇਹ ਭੈੜੀ ਬਿਮਾਰੀ ਹੈਗੀ ਹੈ ਇਹਦੇ ਤੋਂ ਆਪਾਂ ਆਪਣੇ ਆਪ ਨੂੰ ਬਚਾ ਸਕੀਏ, ਇਹਦੇ ਤੋਂ ਦੂਰ ਰਹਿ ਸਕੀਏ, ਅਤੇ ਜੋ ਆਪਣੀ ਜ਼ਿੰਦਗੀ ਵਿੱਚ ਕੁਛ ਇੱਦਾਂ ਦਾ ਕਰਕੇ ਦਿਖਾਈਏ ਜਿਹਦੇ ਨਾਲ ਹਰ ਬੰਦੇ ਨੂੰ ਜੋ ਸਾਨੂੰ ਮਿਲਦਾ ਹੈ, ਸਾਡੇ ਯਾਰਾਂ ਦੋਸਤਾਂ ਨੂੰ, ਸਾਡੇ ਘਰ ਵਾਲਿਆਂ ਨੂੰ ਸਾਡੇ 'ਤੇ ਗਰਵ ਮਹਿਸੂਸ ਹੋ ਸਕੇ। ਇੱਦਾਂ ਦੇ ਕੋਈ ਵੀ ਪ੍ਰੋਗਰਾਮ ਦੇ ਵਿੱਚ ਸਾਡੀ ਕੋਆਰਡੀਨੇਸ਼ਨ ਹੋਣੀ ਬੜੀ ਜ਼ਰੂਰੀ ਹੈ। ਇਹ ਕਹਿੰਦਾ ਹੋਇਆ ਮੈਂ ਅੱਜ ਹੋਪ ਕਰਦਾ ਕਿ ਜੋ ਆਪਣਾ ਅੱਜ ਪ੍ਰੋਗਰਾਮ ਹੈਗਾ ਇਹਦੇ ਨਾਲ ਅਸੀਂ ਨਸ਼ਿਆਂ ਦੇ ਖਿਲਾਫ ਆਪਣੀ ਜੋ ਜੰਗ ਹੈਗੀ ਇਹਨੂੰ ਹੋਰ ਤਕੜਾ ਕਰਾਂਗੇ ਅਤੇ ਨਸ਼ੇ ਤੋਂ ਬਿਲਕੁਲ ਦੂਰ ਰਹਿਣਗੇ। ਇਹ ਅਗੇਨ ਇਹ ਕਹਿੰਦਾ ਹੋਇਆ ਅੱਜ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਮੈਂ ਜ਼ਿਲ੍ਹਾ ਪੱਧਰ 'ਤੇ ਟੂਰਨਾਮੈਂਟ ਨੂੰ ਇਨੋਗਰੇਟ ਕਰਦਾ ਹੈ।